ਪੰਜਾਬ ਬਿਹਾਰ ਸਰਕਾਰ ਵੱਲੋਂ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਸ਼ੁਕਰਾਨਾ ਦਿਵਸ 'ਤੇ ਉਪਰਾਲਾ ਕੀਤਾ ਗਿਆ, ਇਹਦੇ ਬਾਬਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਸਾਰੀ ਸਿੱਖ ਨੂੰ ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਉਪਰਾਲਾ ਕੀਤਾ ਗਿਆ ਬਿਹਾਰ ਸਰਕਾਰ ਵੱਲੋਂ, ਨਿਤੀਸ਼ ਕੁਮਾਰ ਮੁੱਖ ਮੰਤਰੀ ਵੱਲੋਂ, ਵੀ ਬਹੁਤ ਹੀ ਸ਼ਲਾਘਾਯੋਗ ਕਦਮ ਆ ਜੀ। ਇਹ ਤਾਂ ਇੱਦਾਂ ਦਾ ਨਾ ਪ੍ਰੋਗਰਾਮ ਕਦੀ ਸੁਣਿਆ ਸੀ ਅਤੇ ਨਾ ਹੀ ਦੇਖਿਆ ਸੀ। ਇਹ ਫਸਟ ਟਾਈਮ ਦੇਖਿਆ ਵੀ ਟੈਂਟ ਸਿਟੀ ਬਣੀ ਆ, ਮਿੰਨੀ ਪੰਜਾਬ ਬਣਿਆ ਹੋਇਆ ਇੱਦਾਂ ਦਾ, ਅਤੇ ਉਹਦੇ ਵਿੱਚ ਸਿੱਖ ਸੰਗਤਾਂ ਆਰਾਮਦਾਰੀ ਨਾਲ ਰਹਿ ਰਹੀਆਂ। ਕੋਈ ਸੈਨੀਟੇਸ਼ਨ ਪ੍ਰੋਬਲਮ ਨਹੀਂ ਆ ਰਹੀ, ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ, ਨਾ ਠੰਡੇ ਤੱਤੇ ਪਾਣੀ ਦੀ ਪ੍ਰੋਬਲਮ ਨਹੀਂ, ਕੋਈ ਕਿੱਦਾਂ ਦੀ ਵੀ ਨਾ ਪੀਣ ਵਾਲੇ ਪਾਣੀ ਦੀ, ਫਿਲਟਰ ਵਾਲਾ ਪਾਣੀ ਮਿਲ ਰਿਹਾ ਸਾਰਿਆਂ ਨੂੰ। ਬੱਸਾਂ ਲੱਗੀਆਂ ਵੀ ਹੈ ਅਤੇ ਇੱਥੋਂ ਸਟੇਸ਼ਨ ਤੋਂ ਲਿਜਾਣ ਵਾਸਤੇ ਬੱਸਾਂ ਸੀਗੀਆਂ, ਹੁਣ ਇਹਨਾਂ ਨੂੰ ਸਾਰੀ ਸੰਗਤ ਨੂੰ ਫਿਰ ਛੱਡ ਕੇ ਗਈਆਂ ਇਕੱਲੀ ਇਕੱਲੀ ਬੱਸ। ਸਕੂਲਾਂ ਦੇ ਵਿੱਚ ਇੱਥੇ ਛੁੱਟੀਆਂ ਕੀਤੀਆਂ ਹੋਈਆਂ, ਜਿਹੜਾ ਪਬਲਿਕ ਟਰਾਂਸਪੋਰਟ ਆ ਸਾਰਾ ਸੇਵਾ 'ਚ ਲੱਗਿਆ ਹੋਇਆ, ਸਾਰੇ ਗੁਰੂ ਧਾਮਾਂ ਦੇ ਦਰਸ਼ਨ ਕਰਵਾ ਕੇ ਲਿਆਉਂਦਾ ਜੀ। ਠੀਕ ਹੈ, ਇੱਦਾਂ ਦਾ ਬਹੁਤ ਸ਼ਲਾਘਾਯੋਗ ਪ੍ਰੋਗਰਾਮ, ਅਤੇ ਸਾਡੀ ਸਰਕਾਰ ਨੂੰ ਵੀ ਚਾਹੀਦਾ, ਪੰਜਾਬ ਸਰਕਾਰ ਨੂੰ, ਗੌਰਮੈਂਟ ਨੂੰ ਵੀ ਇੱਦਾਂ ਤੋਂ, ਅਤੇ ਐਸ ਜੀ ਪੀ ਸੀ ਜਿਹੜੀ ਮੇਨ ਕਮੇਟੀ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨੂੰ ਵੀ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ, ਕੁਛ ਨਾ ਕੁਛ ਸਿੱਖਣਾ ਚਾਹੀਦਾ, ਵੀ ਕੁਛ ਨਾ ਕੁਛ ਸ਼ਲਾਘਾਯੋਗ ਕਦਮ ਇੱਦਾਂ ਦੇ ਕਰਨ ਆਪਣੇ ਪੰਜਾਬ 'ਚ ਵੀ, ਬਈ ਜਿਹੜੇ ਇੰਪੋਸੀਬਲ ਜੇ ਕੰਮ ਜੇ ਉਹ ਕਰਕੇ ਵਿਖਾਉਣ, ਉਹ ਵੀ ਸਿੱਖ ਸੰਗਤ ਨੂੰ ਇਸ ਚੀਜ਼ ਦੀ ਲੋੜ ਹੈ। ਜੋ ਕਿ ਪੂਰੀ ਦੁਨੀਆ ਦੇ ਵਿੱਚ ਦਸ਼ਮ ਪਿਤਾ ਜੀ ਦਾ ਸਾਜਿਆ ਹੋਇਆ ਖਾਲਸਾ ਲੱਖਾਂ ਕੋਹਾਂ ਦੇ ਵਿੱਚ ਪਛਾਣਿਆ ਜਾਂਦਾ ਹੈ, ਸੋ ਖਾਲਸੇ ਦਾ ਰੂਪ ਦੇਣ ਵਾਲੇ ਸਾਡੇ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ 'ਤੇ ਜਿਹੜੀ ਧਰਤੀ 'ਤੇ ਉਹਨਾਂ ਨੇ ਜਨਮ ਲਿਆ ਸੀ ਪਟਨਾ ਸਾਹਿਬ ਵਿਖੇ, ਜੋ ਕਿ ਉਸਤਵ ਉਹਨਾਂ ਦਾ ਜਨਮ ਉਸਤਵ ਬਣਾਇਆ ਗਿਆ ਹੈ, ਉਹਦੇ ਲਈ ਅਸੀਂ ਉੱਥੇ ਪੁੱਜੇ ਸੀ, ਜੋ ਕਿ ਸਾਡੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਔਰ ਹਲਕੇ ਦੀ ਰਹਿਨੁਮਾਈ ਕਰ ਰਹੇ ਸਾਡੇ ਜਨਾਬ ਮੁਹੰਮਦ ਸਦੀਕ ਜੀ, ਸੂਰਜ ਭਾਰਤਵਾਜ ਜੀ, ਅਤੇ ਅਸੀਂ ਗੱਲ ਕਰਾਂਗੇ ਉੱਥੋਂ ਦੇ ਅਰੇਂਜਮੈਂਟ ਦੀ। ਸੋ ਅਸੀਂ ਤਹਿ ਦਿਲੋਂ ਧੰਨਵਾਦ ਹਾਂ ਨਿਤੀਸ਼ ਕੁਮਾਰ ਜੀ ਦਾ, ਜਿਨ੍ਹਾਂ ਨੇ ਕਿ ਹਿੰਦੂ ਹੁੰਦਿਆਂ ਹੋਇਆਂ ਵੀ ਸਿੱਖ ਧਰਮ ਦੇ ਉਸ ਮਹਾਨ ਸਰਬੰਸਦਾਨੀ ਨੂੰ, ਜਿੱਥੇ ਉਹਨੇ ਜਨਮ ਲਿਆ, ਉਹਦੀ ਭੂਮੀ ਨੂੰ ਫੁੱਲਾਂ ਵਾਂਗ ਸ਼ਿੰਗਾਰਿਆ ਪੂਰੇ ਸ਼ਹਿਰ ਨੂੰ, ਔਰ ਜਿਹੜੀ ਇੱਥੋਂ ਪੰਜਾਬ ਦੇ ਵਿੱਚੋਂ ਕਿ ਅਦਰ ਸਟੇਟਾਂ ਦੇ ਵਿੱਚੋਂ ਵੀ ਸਿੱਖ ਸੰਗਤ ਆਈ ਸੀ ਜਾਂ ਹੋਰ ਸ਼ਰਧਾਲੂ ਆਈ ਸੀ, ਉਹਨਾਂ ਲਈ ਉਹਨਾਂ ਨੇ ਆਪਣੀ ਬਿਹਾਰ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਗਏ। ਸਾਨੂੰ ਰਿਸੀਵ ਕਰਨ ਵਾਸਤੇ ਉੱਥੇ ਸਪੈਸ਼ਲ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ, ਸਾਡੇ ਰਹਿਣ ਲਈ ਵਧੀਆ 5-star ਵਰਗੇ ਤੰਬੂ, ਗਰਮ ਪਾਣੀ ਇੰਨੀ ਠੰਡ 'ਚ ਇੰਨੀ ਜਨਤਾ ਨੂੰ, ਅਸੀਂ ਉੱਥੇ ਜਿਹੜੇ ਕਿ ਬੰਦੇ ਰਿਸੈਪਸ਼ਨ 'ਤੇ ਬੈਠੇ ਸੀ ਉਹਨਾਂ ਤੋਂ ਪੁੱਛਿਆ ਵੀ ਇੱਥੇ ਕਿੰਨੇ ਕੁ ਸ਼ਰਧਾਲੂ ਪਹੁੰਚਿਆ, ਜਿਨ੍ਹਾਂ ਨੇ ਕਰੀਬ ਕਿ ਸਾਨੂੰ 80 ਤੋਂ 85 ਲੱਖ ਬੰਦਾ ਹੋਣ ਦਾ ਦਾਅਵਾ ਕੀਤਾ ਹੈ, ਔਰ ਜਿਹੜੇ ਲੋਕ ਸਿੱਖ ਨਾ ਹੋਣ ਦੇ ਕਾਰਨ ਅਦਰ ਸਟੇਟਾਂ ਤੋਂ ਆਏ ਸੀ ਉਹਨਾਂ ਨੂੰ ਉੱਥੇ ਪੂਰਾ ਮਾਣ ਸਤਿਕਾਰ ਦਿੱਤਾ ਗਿਆ। ਔਰ ਸਭ ਤੋਂ ਧੰਨਵਾਦ ਕਰਾਂਗੇ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਦਾ, ਜਿਨ੍ਹਾਂ ਨੇ ਕਿ ਨਰਮਤਾ ਸਹਿਤ ਜੇ ਕਿਸੇ ਨੇ ਵੀ ਕੋਈ ਵੀ ਖਲਬਲੀ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਉਹਨੂੰ ਨਰਮਤਾ ਸਹਿਤ ਨਾਲ ਵਾਜਿਆ, ਔਰ ਟ੍ਰੇਨ ਦੇ ਵਿੱਚ ਜੋ ਕਿ ਸਾਰਾ ਟ੍ਰੇਨ ਤੋਂ ਤੰਬੂ ਤੋਂ ਰਿਸੀਵ ਕਰਨਾ, ਉਦੋਂ ਬਾਅਦ ਉਹਨਾਂ ਨੂੰ ਰਿਸੀਵ ਗੈਟਅਪ ਕਰਨਾ, ਸਾਰੀ ਜ਼ਿੰਮੇਵਾਰੀਆਂ ਉਹਨਾਂ ਨੇ ਚੱਕੀਆਂ। ਸੋ ਅਸੀਂ ਨਿਤੀਸ਼ ਕੁਮਾਰ ਜੀ ਦਾ, ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦਾ, ਜਨਾਬ ਮੁਹੰਮਦ ਸਦੀਕ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।